ਪੈਰਵੀ ਦੇ ਵਿੱਚ ਸ਼ਾਨੇ ਉਲੀਆ ਮੁਰਸ਼ਦ ਤੇ ਮੈਂ ਉੱਚਿਆਂ ਦੇ ਸੰਗ ਉਹਨੂੰ ਦੋਆ ਜਹਾਨਾਂ ਵਿੱਚ ਕਮੀ ਕੋਈ ਨਹੀਂ ਜਿਦਾ ਨਾਲ ਹਜ਼ੂਰ ਦੇ ਸੰਗ ਹੋਵੇ ਉਹਨੂੰ ਹਸ਼ਰ ਦੇ ਰੋਜ਼ ਦਾ ਗਮ ਕੀ ਏ ਜਿਹਨੂੰ ਯਾਰ ਮਨਾਉਣ ਦਾ ਢੰਗ ਟੱਲੀ ਵਾਂਗ ਖੜਕੇ ਵਿੱਚ ਮਹਿਫਿਲਾਂ ਦੇ ਸੁੱਚੇ ਗੁਨਾਹ ਦਾ ਜੇਲ ਮਲੰਗ ਹੋਵੇ ਸਰਦਾਰ ਉਹਨੂੰ ਨਕੀਰਾਂ ਨੇ ਕੀ ਪੁੱਛਣਾ ਜਿਹਦੇ ਕਫਨ ਤੇ ਪੀਰ ਦਾ ਰੰਗ ਹੋਵੇ ਮੈਂ ਨੀਵਾਂ ਮੇਰਾ ਮੁਰਸ਼ਦਿਓ ਉੱਚਾ ਤੇ ਮੈਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਵਾਂ ਉਹਨਾਂ ਉੱਚਿਆਂ ਤਾਈ ਜਿੰਨਾ ਨੀਵਿਆਂ ਨਾਲ ਨਿਭਾ ਕੁਰਬਾਨ ਜਾਇਆ ਹਜ਼ੂਰ ਫਰਮਾਉਂਦੇ ਨੇ ਮੁਰਸ਼ਦ ਦੇ ਦਰਵਾਜ਼ੇ ਉੱਤੇ ਮੁਰਸ਼ਦ ਦੇ ਦਰਵਾਜ਼ੇ ਉੱਤੇ ਤੇ ਮੌਕਮ ਲਾਈਏ ਚੁੱਕਾ ਯਾਰ ਬਣਾਈਏ ਤੇ ਵਾਂਗ ਕਮੀਨਿਆ ਲੋਕਾਂ ਤੇ ਕੁਰਬਾਨ ਜਾਇਆ ਫਰਮੰਦ ਨੇ ਖਸ਼ ਖਸ਼ ਜਿੰਨਾ ਕਦਰ ਨੀ ਮੇਰਾ ਉਹਨੂੰ ਦੁਆ ਜਹਾਨਾਂ ਵਿੱਚ ਕਮੀ ਕੋਈ ਨਹੀਂ ਦੋ ਜੱਗ ਉਹਨਾਂ ਨੂੰ ਸਲਾਮ ਕਰਦੇ ਤੇਰੇ ਦਰ ਦੇ ਜਿਹੜੇ ਮੁਰੀਦ ਬਣ ਗਏ ਤੇਰੇ ਦਰ ਦੇ ਟੁਕੜੇ ਖਾਣ ਵਾਲੇ ਕੋਈ ਬਾਹੂ ਤੇ ਕੋਈ ਬਾਯਜ਼ੀਦ ਬਣ ਗਏ ਜਿੰਨਾ ਤੇਰੇ ਹੁਸੈਨ ਨਾਲ ਵੈਰ ਪਾਇਆ ਉਹ ਲਾਨਤੀ ਉਹ ਲਾਨਤੀ ਸ਼ਿਮਰ ਤੇ ਯਜ਼ੀਦ ਬਣ ਗਏ ਜਿੰਨਾ ਹੁਸੈਨ ਦੇ ਨਾਨੇ ਨਾਲ ਪਿਆਰ ਪਾਇਆ
ਕੋਈ ਦਾਤਾ ਬਣ ਗਏ ਕੋਈ ਫਰੀਦ ਬਣ ਗਏ ਕੁਰਬਾਨ ਜਾਇਆ ਫਰਮਾਂਦੇ ਨੇ ਉੱਚੀ ਜਾਈ ਇਹਨੂੰ ਤੇ ਬੜੀ ਮੁਸੀਬਤ ਪਾਰੀ ਯਾਰਾ ਬਾਜੀ ਮੁਹੰਮਦ ਬਖਸ਼ਾ ਇੱਕ ਕੌਣ ਕਰੇ ਗਮ ਖਾਰੀ ਤੇ ਆਪ ਫਰਮਾਉਂਦੇ ਨੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਕਰ ਬੰਦਿਆ ਇਹ ਮੇਰੀ ਨਾ ਮੇਰੀ ਨਾ ਤੇਰੀ ਇਹ ਦੁਨੀਆ ਇਹ ਚਾਰ ਦਿਆੜੇ ਤੇ ਜੋਗੀ ਵਾਲੀ ਕਿਰਮੇ ਕਿਰਮੇ ਕਿਰਮੇ